ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਮੈਂ ਖੜੀ ਹਾਂ ਮਹਾਰਾਜਾ ਹਰੀ ਸਿੰਘ ਪਾਰਕ ਦੇ ਬਿਲਕੁਲ ਬਾਹਰ। ਜਰਾ ਮੈਂ ਕੈਮਰੇ ਵਾਲੀ ਭੈਣ ਜੀ ਨੂੰ ਕਹਿ ਤਾ ਕੈਮਰਾ ਮਾਰਿਆ ਉੱਧਰ, ਪਾਰਕ 'ਤੇ ਬਿਲਕੁਲ ਚਮ ਚਮ ਆ ਰਿਹਾ। ਬਟ ਮੈਂ ਕੈਮਰੇ ਵਾਲੀ ਭੈਣ ਜੀ ਨੂੰ ਕਹਿ ਤਾ ਮੇਰੇ ਪਿੱਛੇ ਵੀ ਜ਼ਰਾ ਕੈਮਰਾ ਮਾਰ ਦਿਓ। ਇਹ ਵੇਖੋ ਹਾਲਤ, ਥੱਲੇ ਚਿੱਕੜ ਅਤੇ ਉੱਪਰ ਇਹ ਡਸਟਬਿਨ, ਜਿਹੜੇ ਕੰਡਮ ਹੋਏ ਡਸਟਬਿਨ ਇੰਨੇ ਸੋਹਣੇ ਪਾਰਕ ਦੇ ਬਾਹਰ ਪਏ ਹੋਏ ਨੇ। ਇਹ ਉਹੀਓ ਡਸਟਬਿਨ ਨੇ ਜਿਹੜੇ ਸਾਡੀ ਗਲੀਆਂ 'ਚ ਪਏ ਹੁੰਦੇ ਜਿਨ੍ਹਾਂ 'ਚ ਅਸੀਂ ਕੂੜੇ ਸੁੱਟ ਰਹੇ ਹਾਂ। ਪਰ ਜਦੋਂ ਕੋਈ ਬੰਦਾ ਬਾਹਰ ਕੂੜਾ ਸੁੱਟ ਰਿਹਾ ਹੁੰਦਾ ਤਾਂ ਉਹਨੂੰ ਕਹਿੰਦੇ ਹਾਂ ਕਿ ਉਹ ਤੂੰ ਸੜਕ 'ਤੇ ਗੰਦ ਕਿਉਂ ਪਾ ਰਿਹਾ, ਅਤੇ ਉਹ ਕਹਿੰਦਾ ਮੇਰੀ ਗਲੀ 'ਚ ਡਸਟਬਿਨ ਨਹੀਂ ਹੈ। ਅਤੇ ਇਹ ਡਸਟਬਿਨ ਇਸ ਕਰਕੇ ਇੱਥੇ ਨੇ ਕਿਉਂਕਿ ਸਾਹਮਣੇ ਹੀ ਬਾਹਰ ਮੈਂ ਕੈਮਰੇ ਵਾਲੀ ਭੈਣ ਜੀ ਨੂੰ ਬੋਲਾ ਕਿ ਕੈਮਰਾ ਮਾਰਿਓ, ਜੰਮੂ ਮਿਊਂਸੀਪਲ ਕਾਰਪੋਰੇਸ਼ਨ ਵਾਲਿਆਂ ਦਾ ਮਕੈਨੀਕਲ ਵਰਕਸ਼ਾਪ ਹੈ ਇੱਥੇ, ਮਤਲਬ ਇਹ ਇੱਥੇ ਆਏ ਹੋਏ ਨੇ, ਡਸਟਬਿਨ ਕੰਡਮ ਪਏ ਹੋਏ ਨੇ, ਇਹਨਾਂ ਨੇ ਬਾਹਰ ਸੁੱਟੇ ਹੋਏ ਨੇ। ਜਾਂ ਤਾਂ ਇਹ ਡਸਟਬਿਨ ਤੁਸੀਂ ਕਿਸੇ ਆਪਣੇ ਅੰਦਰ ਜਾ ਕੇ ਇਹਨਾਂ ਨੂੰ ਠੀਕ ਕਰੋ, ਅੰਦਰ ਰੱਖੋ, ਕਿਉਂਕਿ ਸਰਕਾਰ ਦੀ ਸੜਕ ਹੈ ਅਤੇ ਮਤਲਬ ਜਿੱਥੇ ਮਰਜ਼ੀ ਆਏ ਉੱਥੇ ਗੰਦ ਪਾ ਦੇਣਾ, ਹੈ ਨਾ। ਮਤਲਬ ਬਾਹਰ ਇਹਨਾਂ ਨੇ ਸੁੱਟੇ ਹੋਏ ਨੇ। ਇੱਕ ਤਾਂ ਇੱਥੇ ਅੱਗੇ ਹੀ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਮਿਲਦੀ ਲੋਕਾਂ ਨੂੰ, ਕਿਉਂਕਿ ਥੱਲੇ ਹੀ ਸ਼ਮਸ਼ਾਨ ਘਾਟ ਹੈ, ਅਤੇ ਜਦੋਂ ਕੋਈ ਪੂਰਾ ਹੋ ਜਾਂਦਾ ਤਾਂ ਇੱਥੇ ਲੈ ਕੇ ਆਉਂਦੇ ਨੇ, ਅਤੇ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ, ਇੰਨਾ ਰਸ਼ ਜਿਹੜਾ ਇੱਥੇ ਪੈ ਜਾਂਦਾ। ਅਤੇ ਇਹਨਾਂ ਨੇ ਡਸਟਬਿਨ ਕੀਤਾ ਕੀ ਹੋਇਆ, ਸੜਕ 'ਤੇ ਸੁੱਟੇ ਹੋਏ ਨੇ, ਕਿਉਂਕਿ ਸਰਕਾਰ ਦੀ ਜ਼ਮੀਨ ਹੈ, ਜਿਹਦਾ ਮਨ ਕਰਦਾ ਜੋ ਮਨ ਕਰਦਾ ਜਿੱਥੇ ਆਉਂਦਾ ਉੱਥੇ ਸੁੱਟ ਚੱਲ ਜਾਂਦਾ। ਜਾਂ ਤਾਂ ਇਹਨਾਂ ਡਸਟਬਿਨਾਂ ਨੂੰ ਉਸ ਮਕੈਨੀਕਲ ਵਰਕਸ਼ਾਪ ਦੇ ਅੰਦਰ ਰੱਖੋ, ਅਤੇ ਇਹ ਬਾਹਰ ਗੰਦ ਜਿਹੜਾ ਨਾ ਪਾਓ, ਕਿਉਂਕਿ ਇੰਨਾ ਸੋਹਣਾ ਪਾਰਕ ਹੈ ਜਿਹੜਾ, ਬਾਹਰ ਇਹਨਾਂ ਨੂੰ ਸੁੱਟ ਕੇ ਤੁਸੀਂ ਪੂਰੀ ਖੂਬਸੂਰਤੀ ਪਾਰਕ ਦੀ ਜਿਹੜੀ ਹੈ ਨਾ, ਭਾਅ ਜੀ ਨਜ਼ਰ ਪੱਟੂ ਰੱਖੇ ਹੋਏ ਨੇ ਬਾਹਰ, ਕੀ ਪਾਰਕ ਨੂੰ ਨਜ਼ਰ ਲੱਗ ਜਾਂਦੀ ਹੈ, ਤਾਂ ਕਰਕੇ ਰੱਖੇ ਹੋਏ ਨੇ ਇਹਨਾਂ ਨੂੰ, ਮੈਂ ਜ਼ਰਾ ਪੁੱਛ ਰਹੀ ਹਾਂ, ਕਮੈਂਟਾਂ 'ਚ ਦੱਸਿਓ ਜ਼ਰਾ ਸਾਨੂੰ।